ਸਤਿ ਸ਼੍ਰੀ ਅਕਾਲ ਲੋਕ ਰਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ। ਭੱਟੀ ਸਾਹਿਬ ਵੈਲਕਮ। ਸਤਿ ਸ਼੍ਰੀ ਅਕਾਲ ਜੀ, ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਅੱਜ ਅਸੀਂ ਭੱਟੀ ਸਾਹਿਬ ਨਾਲ ਗੱਲਬਾਤ ਕਰਾਂਗੇ ਕਿ ਜੋ ਸਾਡੇ ਦੇਸ਼ ਦੇ ਹਾਲਾਤ ਬਣੇ ਹੋਏ ਨੇ, ਸਰਕਾਰਾਂ ਵਿੱਚ ਇਨਵੋਲਵ ਨੇ, ਨਹੀਂ ਇਨਵੋਲਵ ਨੇ, ਜਾਂ ਸਰਕਾਰਾਂ ਦੀ ਜੋ ਚੁੱਪ ਹੈ ਉਸ ਚੁੱਪ ਦੇ ਕਾਰਨ ਕੀ ਨੇ। ਜੋ ਪਿਛਲੇ 2-4 ਦਿਨਾਂ ਤੋਂ ਲਗਾਤਾਰ ਬਿਆਨ ਨਿਕਲ ਕੇ ਆ ਰਹੇ ਨੇ, ਅਸਲ ਦੇ ਵਿੱਚ ਇਹਨਾਂ ਫਿਰ ਬਿਆਨਾਂ ਦੇ ਮਾਇਨੇ ਕੀ ਨੇ, ਇਹਨਾਂ ਬਿਆਨਾਂ ਦੇ ਅਰਥ ਕੀ ਨੇ, ਦੇਸ਼ ਨੂੰ ਕਿਸ ਪਾਸੇ ਵੱਲ ਲਿਜਾਣਾ ਚਾਹੁੰਦੇ ਨੇ ਇਹ ਬਿਆਨ। ਆਪਣੇ ਆਪ ਨੂੰ ਭਾਵੇਂ ਇਹ ਹਿੰਦੂਆਂ ਦੇ ਲੀਡਰ ਖਵਾਉਂਦੇ ਨੇ, ਪਰ ਅਸੀਂ ਵਾਰ ਵਾਰ ਗੱਲ ਕਰਦੇ ਹਾਂ ਕਿ ਇਹ ਅਖੌਤੀ ਲੀਡਰ ਨੇ ਜੋ ਆਪਣੇ ਅਕਾਵਾਂ ਦੀ ਨਜ਼ਰ ਦੇ ਵਿੱਚ ਚਾਪਲੂਸੀ ਕਰਕੇ ਮਹੱਤਵਪੂਰਨ ਆਪਣੇ ਆਪ ਨੂੰ ਇਹ ਦਰਸਾਉਣਾ ਚਾਹੁੰਦੇ ਨੇ। ਇੱਕ ਵਿਸ਼ਾ ਅਸੀਂ ਹੋਰ ਲੈ ਕੇ ਚੱਲਾਂਗੇ, ਉਹ ਵਿਸ਼ਾ ਬੜਾ ਗੰਭੀਰ ਹੈ। ਕਿਸਾਨੀ ਅੰਦੋਲਨ ਸੀ, ਪੰਜਾਬ ਨੇ ਲੀਡ ਲਈ, ਪੂਰੇ ਦੇਸ਼ ਦੇ ਵਿੱਚ ਅੰਦੋਲਨ ਫੈਲਿਆ, ਪੰਜਾਬ ਤੋਂ ਹੀ ਵੱਖ ਹੋਇਆ, ਹਰਿਆਣਾ ਪੰਜਾਬ ਦੇ ਨਾਲ ਸੱਜੀ ਬਾਂਹ ਬਣ ਕੇ ਖੜਾ ਸੀ। ਹੁਣ SYL ਦਾ ਮੁੱਦਾ, ਪਹਿਲਾਂ ਤਾਂ ਇਲਜ਼ਾਮ ਲੱਗਦੇ ਸੀ ਕਿ ਅਕਾਲੀ ਦਲ ਇਸ ਮੁੱਦੇ ਨੂੰ ਚੁੱਕਦਾ, ਕਾਂਗਰਸ ਇਸ ਮੁੱਦੇ ਨੂੰ ਚੁੱਕਦੀ ਹੈ, ਸੈਂਟਰ ਦੇ ਵਿੱਚ ਜੋ ਪਾਰਟੀ ਬੈਠੀ ਉਹ ਸੂਬਿਆਂ ਨੂੰ ਲੜਾਉਣਾ ਚਾਹੁੰਦੇ ਨੇ ਆਪਸ ਦੇ ਵਿੱਚ। ਤਾਂ ਹੁਣ ਆਮ ਆਦਮੀ ਪਾਰਟੀ 'ਤੇ ਇਹ ਇਲਜ਼ਾਮ ਲੱਗ ਰਹੇ ਨੇ, ਉਹ ਕਹਿੰਦੇ ਕਿ ਜੋ ਸੁਸ਼ੀਲ ਗੁਪਤਾ ਰਾਜ ਸਭਾ ਮੈਂਬਰ ਨੇ, ਉਹ ਕਹਿੰਦੇ ਕਿ ਅਸੀਂ ਪਾਣੀ ਦੇਵਾਂਗੇ, SYL ਦਾ ਪਾਣੀ ਅਸੀਂ ਹਰਿਆਣਾ ਦੇ ਖੇਤ ਖੇਤ ਤੱਕ ਪਹੁੰਚਾ ਦੇਵਾਂਗੇ। ਅਸਲ ਦੇ ਵਿੱਚ ਜੋ ਇਹ ਇੱਕ ਤਰ੍ਹਾਂ ਦਾ ਜੋ ਸਨੈਰੀਓ ਕ੍ਰੀਏਟ ਕੀਤਾ ਜਾ ਰਿਹਾ, ਇਹਦੇ 'ਤੇ ਲੋਕਾਂ 'ਤੇ ਕੀ ਇੰਪੈਕਟ ਪਊਗਾ, ਰਾਜਨੀਤੀ 'ਤੇ ਕੀ ਇੰਪੈਕਟ ਪਊਗਾ, ਇਸੇ ਮਸਲੇ 'ਤੇ ਅਸੀਂ ਗੱਲਬਾਤ ਕਰਾਂਗੇ ਭੱਟੀ ਸਾਹਿਬ ਨਾਲ, ਕਿਉਂਕਿ ਅਹਿਮ ਇਸ਼ੂ ਨੇ ਆਹ, ਸਮਝਣਾ ਅਤੇ ਸੋਚਣਾ ਬੜਾ ਜ਼ਰੂਰੀ ਹੋ ਜਾਂਦਾ ਇਹਨਾਂ ਸਾਰੇ ਵਿਸ਼ਿਆਂ ਨੂੰ, ਕਿਉਂਕਿ ਲੋਕਾਂ ਦੇ ਨਾਲ ਸੰਬੰਧਿਤ ਹੁੰਦੇ ਨੇ, ਤੁਹਾਡੇ ਨਾਲ ਸਾਡੇ ਨਾਲ ਇਹ ਵਿਸ਼ੇ ਸੰਬੰਧਿਤ ਨੇ, ਸਾਡਾ ਹੀ ਜਨਜੀਵਨ ਆਹ ਪ੍ਰਭਾਵਿਤ ਕਰ ਦਿੰਦੇ ਹਾਂ। ਭੱਟੀ ਸਾਹਿਬ, ਆਪਾਂ ਸਭ ਤੋਂ ਪਹਿਲਾਂ ਇਹ ਗੱਲ ਲੈ ਲੈਂਦੇ ਹਾਂ ਕਿ ਜੋ ਪਿਛਲੇ ਦਿਨੀ ਬਿਆਨ ਨਿਕਲ ਕੇ ਆਏ, 2-2, 4-4 ਬੱਚੇ ਪੈਦਾ ਕਰੋ, ਅਖੰਡ ਭਾਰਤ ਬਣ ਜੂਗਾ, ਅਸੀਂ ਫਿਰ ਤੋਂ ਹਿੰਦੂਤਵ ਵੱਲ ਵਧਾਂਗੇ, ਅਸੀਂ ਕਿਸੇ ਨੂੰ ਇੱਥੋਂ ਉੱਠਣ ਨਹੀਂ ਦੇਣਾ ਹੈਗਾ, ਜਾਂ ਫਿਰ ਹੋਰ ਤਮਾਮ ਗੱਲਾਂ ਨਿਕਲ ਕੇ ਆਉਂਦੀਆਂ, ਅਸਲ ਦੇ ਵਿੱਚ ਅਰਥ ਕੀ ਹੁੰਦੇ ਆ ਇਹਨਾਂ ਬਿਆਨਾਂ ਦੇ, ਸਰਕਾਰ ਵੀ ਕਿਉਂ ਚੁੱਪੀ ਵੱਟੀ ਰੱਖਦੀ ਹੈ। ਪੰਗੂ ਸਾਹਿਬ, ਇਹ ਹੈ ਵੀ ਦੇਖੋ, ਜਿਹੜੀਆਂ ਰਿਲੀਜੀਅਸ ਕਮਿਊਨਿਟੀਜ਼ ਨੇ ਨਾ, ਇਹਨਾਂ ਦੇ ਵਿੱਚ ਇਹ ਦੌਰ ਚੱਲਦੇ ਰਹਿੰਦੇ ਨੇ, ਕਈ ਵਾਰ ਉਹਦੇ 'ਚ ਗਰਮ ਖਿਆਲੀਏ ਵੀ ਆ ਜਾਂਦੇ ਨੇ, ਕਈ ਵਾਰ ਨਰਮ ਖਿਆਲੀਏ ਵੀ ਆ ਜਾਂਦੇ ਨੇ। ਜ਼ਿਆਦਾਤਰ ਇਹ ਸ਼ੁਰੂ ਹੋਇਆ ਅਸਲ ਦੇ ਵਿੱਚ, ਜੇ ਤੁਸੀਂ ਪਹਿਲਾਂ ਦੇਖੋ ਕਿ ਇਹ ਜਦੋਂ ਇਰਾਨ ਦੇ ਵਿੱਚ ਖਮੀਨੀ ਆਇਆ ਨਾ, ਜਿਹਨੂੰ ਅਸੀਂ ਰਿਲੀਜੀਅਸ ਫੰਡਾਮੈਂਟਲਿਜ਼ਮ ਜਾਂ ਮੂਲਵਾਦ ਕਹਿੰਦੇ ਹਾਂ ਅਸੀਂ, ਉੱਥੋਂ ਸ਼ੁਰੂ ਹੋਇਆ। ਉਹਨਾਂ ਨੇ ਉਹ ਤੋਂ ਪਹਿਲਾਂ ਥੋੜ੍ਹਾ ਬਹੁਤ ਜਿਹੜਾ ਚਰਚਾ ਸੀ ਨਾ, ਉਹ ਡੈਮੋਕ੍ਰੈਟਿਕ ਜਾਂ ਡੈਮੋਕ੍ਰੇਸੀ ਦੀਆਂ ਸਟੇਟਾਂ ਦਾ ਸੀ ਜੀ। ਹੌਲੀ ਹੌਲੀ ਵੈਸਟ ਦੀਆਂ ਜਿਹੜੀਆਂ ਸੁਸਾਇਟੀਜ਼ ਨੇ ਉਹ ਡੈਮੋਕ੍ਰੇਸੀ ਨਾਲ ਜੁੜ ਗਈਆਂ, ਸਾਡੀਆਂ ਇੱਧਰ ਵਾਲੀਆਂ ਰਿਲੀਜਨ ਦੇ ਨਾਲ ਜੁੜ ਗਈਆਂ। ਪਰ ਤੁਸੀਂ ਦੇਖੋਗੇ ਕਿ ਇਸਲਾਮ ਦੇ ਵਿੱਚ ਜਦੋਂ ਫੰਡਾਮੈਂਟਲਿਜ਼ਮ ਦੀ ਰਾਈਜ਼ ਹੋਈ ਹੈ, ਤਾਂ ਇਸਲਾਮ ਦੇ ਲੋਕਾਂ ਨੇ, ਮੁਸਲਮਾਨਾਂ ਨੇ ਸਭ ਤੋਂ ਵੱਧ ਭੋਗਿਆ। ਇਸੇ ਤਰੀਕੇ ਦੇ ਨਾਲ ਫਿਰ ਸਿੱਖਾਂ ਦੇ ਵਿੱਚ 80s ਦੇ ਵਿੱਚ ਆਈ ਕਿ ਗਰਮ ਖਿਆਲੀ ਲੀਡਰ ਅੱਗੇ ਆ ਗਏ, ਜਾਂ ਕਹਿ ਲਓ ਲਿਆਂਦੇ ਗਏ, ਜੋ ਵੀ ਹੋਇਆ ਲੋਕਾਂ ਨੇ ਉਹਨਾਂ ਨੂੰ ਰਿਸਪੌਂਸ ਦਿੱਤਾ। ਸਭ ਤੋਂ ਵੱਧ ਸਿੱਖਾਂ ਨੇ ਭੁਗਤਿਆ, ਚਾਹੇ ਉਹ ਪੁਲਿਸ ਦੇ ਵਿੱਚ ਉਹਨਾਂ ਦੇ ਲੜਕੇ ਸੀ, ਚਾਹੇ ਉਹ ਮਿਲੀਟੈਂਸੀ ਦੇ ਨਾਂ ਹੇਠ ਮਾਰੇ ਗਏ, ਪੜ੍ਹੇ ਲਿਖੇ ਬੰਦੇ ਘਰ ਉੱਜੜ ਗਏ, ਆਪਣੇ ਸਾਹਮਣੇ ਹੋਇਆ ਦਿੱਲੀ ਦੇ ਦੰਗੇ ਹੋਏ। ਇਹ ਕਮਿਊਨਿਟੀਜ਼ ਨੂੰ ਜਿਵੇਂ ਇੱਕ ਕਿਸਮ ਦਾ ਬੁਖਾਰ ਚੜ੍ਹ ਜਾਂਦਾ ਹੁੰਦਾ ਨਾ, ਇਹ ਉੱਦਾਂ ਦੀ ਚੀਜ਼ ਹੈਗੀ ਹੈ, ਬਿਮਾਰੀ ਹੈ, ਕੁਲੈਕਟਿਵ ਸੁਸਾਇਟੀ ਦੀ ਜਾਂ ਕੁਲੈਕਟਿਵ ਗਰੁੱਪਾਂ ਦੀ ਉਹ ਹੈਗੀ ਹੈ ਸੋਚ। ਇਹ ਜਦੋਂ ਐਕਸਪੈਰੀਮੈਂਟ ਦਿੱਲੀ ਦੇ ਵਿੱਚ ਕਾਮਯਾਬ ਹੋ ਗਿਆ, ਤਾਂ ਫਿਰ ਇਹ ਗੁਜਰਾਤ 'ਚ ਹੋਇਆ। ਵੋਟਾਂ ਲੈਣ ਦੇ ਲਈ ਇੱਕ ਕਮਿਊਨਿਟੀ ਨੂੰ ਦੂਜੀ ਦੇ ਖਿਲਾਫ ਖੜੀ ਕਰਕੇ, ਖਾਸ ਕਰਕੇ ਮਨਿਓਰਟੀ ਜਿਹੜੀ ਕਮਿਊਨਿਟੀ ਹੈ ਉਹਦਾ ਡਰ ਪੈਦਾ ਕਰਕੇ, ਮਜੋਰਟੀ ਨੂੰ ਡਰਾ ਕੇ ਵੋਟਾਂ ਲੈਣ ਦੀ ਪੋਲਿਟਿਕਸ ਹੁੰਦੀ ਹੈ, ਨਿਕਲਦਾ ਇਹਦੇ ਵਿੱਚੋਂ ਹੈ। ਪਰ ਇਹਦੀ ਲਿਮਿਟ ਕੋਈ ਰਹਿੰਦੀ ਨਹੀਂ। ਜਰਮਨੀ ਦੇ ਵਿੱਚ ਵੀ ਜਦੋਂ ਹੋਇਆ, ਯਹੂਦੀਆਂ ਦੀ ਕਿੰਨੀ ਕੁ ਗਿਣਤੀ ਸੀ, ਯਹੂਦੀਆਂ ਦੇ ਖਿਲਾਫ ਉਹਨਾਂ ਨੂੰ ਕਿਹਾ ਜੀ ਤੁਸੀਂ ਨਿਸ਼ਾਨ ਲਾ ਕੇ ਚੱਲੋ, ਕੱਪੜੇ ਉਹਦੇ ਕਿ ਯੈਲੋ ਸਟਾਰ ਹੁੰਦਾ ਸੀ ਉਹ ਲਾਉਣਾ ਸ਼ੁਰੂ ਕਰਤਾ। ਹੁਣ ਜੋ ਇੰਡੀਆ ਦੇ ਵਿੱਚ ਹੋ ਰਿਹਾ ਮੁਸਲਮਾਨਾਂ ਦੇ ਨਾਲ, ਉਹ ਹੀ ਹੋ ਰਿਹਾ, ਉਹ ਬਾਕੀ ਮਿਨੋਰਟੀਜ਼ ਨਾਲ ਵੀ ਹੋਊਗਾ, ਸਿੱਖਾਂ ਨਾਲ ਵੀ ਹੋਊਗਾ। ਉਹਦਾ ਕਾਰਨ ਕੀ ਹੁੰਦਾ ਕਿ ਜਦੋਂ ਅਸੀਂ ਜਿਹੜੇ ਸਾਡੇ ਮਾਰਜਨਲ ਸੈਕਸ਼ਨ ਨੇ ਸਾਡੇ ਸਮਾਜਾਂ ਦੇ ਵਿੱਚ ਜਾਂ ਕਮਿਊਨਿਟੀਜ਼ ਦੇ ਵਿੱਚ, ਤੁਸੀਂ ਕਦੇ ਵੀ ਦੇਖੋਗੇ ਕਿ ਦੰਗਿਆਂ ਦੇ ਵਿੱਚ ਜਿਹੜੇ ਲੋਕ ਹਿੱਸਾ ਲੈਂਦੇ ਨੇ ਕਿਤੇ ਵੀ ਹੋਣ ਦੁਨੀਆਂ ਦੇ ਵਿੱਚ, ਉਹ ਬਿਲਕੁਲ ਗਰੀਬ ਵਿਚਾਰੇ ਨਿਮਾਣੇ ਨਿਤਾਣੇ ਜਿਨ੍ਹਾਂ ਨੂੰ ਵਰਤਿਆ ਜਾ ਸਕਦਾ ਹੁੰਦਾ। ਪਾਰਟੀਸ਼ਨ ਵੀ ਜਦੋਂ ਹੋਈ, ਪਾਰਟੀਸ਼ਨ ਦੇ ਸ਼ੁਰੂ ਦੇ ਵਿੱਚ ਜੋ ਜਿਹੜੇ ਲੋਕ ਵਰਤੇ ਗਏ ਉਹ ਬਿਲਕੁਲ ਮਤਲਬ, ਅੱਛਾ ਦਿੱਲੀ 'ਚ ਵੀ ਦੰਗਿਆਂ ਦੇ ਵਿੱਚ ਜਿਹੜੇ ਯੂਜ਼ ਕੀਤੇ ਗਏ ਉਹ ਝੁੱਗੀ ਝੌਂਪੜੀ ਵਾਲੇ ਲੋਕ ਸੀਗੇ, ਉਹਨਾਂ ਨੂੰ ਲੁੱਟ ਦੀ ਖੁੱਲ੍ਹ ਦੇ ਦਿੱਤੀ। ਜਦੋਂ ਸਟੇਟ ਪਿੱਛੇ ਹਟ ਜਾਂਦੀ ਹੈ ਅਤੇ ਜਿਹੜਾ ਲੰਪਨ ਐਲੀਮੈਂਟ ਹੈ ਜਾਂ ਜਿਹੜੇ ਇਸ ਤਰ੍ਹਾਂ ਦਾ ਐਲੀਮੈਂਟ ਹੈ ਜਿਹੜਾ ਅਪਰਾਧੀ ਕਿਸਮ ਦਾ, ਉਹਨੂੰ ਖੁੱਲ੍ਹ ਦੇ ਦਿੰਦੀ ਹੈ, ਤਾਂ ਇਹ ਕੰਮ ਚੱਲ ਪੈਂਦਾ ਹੈ।
ਇਹ ਇੱਥੇ ਹੁਣ ਜਿਹੜੀ ਚੀਜ਼ ਹੋ ਰਹੀ ਹੈ ਬੜਾ ਵੱਡਾ ਭੁਲੇਖਾ ਹੈ ਮੈਂ ਸਮਝਦਾ। ਔਰ ਅਸੀਂ ਇੱਕ ਕਿਸਮ ਦੀ ਹਿੰਦੁਸਤਾਨ ਇੱਕ ਕਿਸਮ ਦੇ ਸੁਸਾਈਡਲ ਰਸਤੇ 'ਤੇ ਤੁਰਿਆ ਹੋਇਆ ਹੈ। ਇੱਕ ਤਾਂ ਇਹਨਾਂ ਨੂੰ ਲੱਗਦਾ ਵੀ ਅਸੀਂ ਕੰਟਰੋਲ ਕਰ ਲਵਾਂਗੇ, ਇਹ ਕੰਟਰੋਲ ਨਹੀਂ ਹੋਣਾ। ਜਦੋਂ ਤੁਸੀਂ ਭੀੜਾਂ ਇੱਕ ਵਾਰ ਖੁੱਲ੍ਹੀਆਂ ਛੱਡ ਦੋਗੇ ਉਹ ਕੰਟਰੋਲ ਕਰਨੀਆਂ ਬਹੁਤ ਔਖੀਆਂ ਹੋਣਗੀਆਂ। ਦੂਜੇ ਪਾਸੇ ਵੀ ਉਹਨਾਂ ਨੂੰ ਇੰਨਾ ਜ਼ਿਆਦਾ ਤੁਸੀਂ ਕੰਧ ਨਾਲ ਲਾ ਦੋਗੇ, ਇੰਨਾ ਜ਼ਿਆਦਾ ਮਤਲਬ ਡਾਊਨ ਕਰ ਦੋਗੇ ਤਾਂ ਇਹ ਨਾ ਸਮਝੋ ਵੀ ਇਹਦਾ ਕੋਈ ਰਿਐਕਸ਼ਨ ਨਹੀਂ ਹੋਊਗਾ। ਸਰਕਾਰ ਹੁਣ ਤੁਲੀ ਹੋਈ ਹੈ, ਜੁਡੀਸ਼ਰੀ ਵੀ ਤੁਲੀ ਹੋਈ ਹੈ। ਬਿਨਾਂ ਕਾਨੂੰਨ ਤੋਂ ਕਿਤੇ ਦੰਗਾ ਹੋ ਜਾਵੇ ਘਰ ਮੁਸਲਮਾਨਾਂ ਦੇ ਢਾਏ ਜਾਂਦੇ ਨੇ ਬੁਲਡੋਜ਼ਰ ਜਾ ਕੇ। ਮਤਲਬ ਹੁਣ ਸਰਕਾਰ ਇਸ ਤਰ੍ਹਾਂ ਜਿਵੇਂ ਸਰਕਾਰ ਦੰਗਈਆਂ ਦੀ ਤਰ੍ਹਾਂ ਬਿਹੇਵ ਕਰ ਰਹੀ ਹੈ, ਜਿਵੇਂ ਦੰਗਈਆਂ ਦੇ ਹੱਥ 'ਚ ਸਰਕਾਰ ਆ ਗਈ ਹੋ। ਹਾਂਜੀ, ਪਰ ਇਹ ਪਹਿਲੀ ਗੱਲ ਤਾਂ ਇਹ ਵੀ ਕੁਦਰਤ ਦਾ ਵੀ ਨਿਯਮ ਹੈ ਕਿ ਹਨੇਰੀ ਜਿਹੜੀ ਤੇਜ਼ ਹੋਵੇ ਬਾਹਲੀ ਦੇਰ ਨਹੀਂ ਜਲਦੀ। ਆਪਾਂ ਪੰਜਾਬ 'ਚ ਹੀ ਦੇਖਿਆ, ਇੱਕ ਸਮਾਂ ਸੀ ਕਿ 6 ਵਜੇ ਤੋਂ ਬਾਅਦ ਕੋਈ ਬਾਹਰ ਨਹੀਂ ਸੀ ਨਿਕਲ ਸਕਦਾ। ਮਿਲੀਟੈਂਸੀ ਦਾ ਇੰਨਾ ਖੌਫ ਸੀ, ਇੰਨਾ ਡਰ ਸੀ, ਔਰ ਸਰਕਾਰ ਦੇ ਕੁਛ ਹਿੱਸੇ ਰਲੇ ਹੋਏ ਸੀ ਨਾਲ ਉਦੋਂ ਵੀ। ਇੱਦਾਂ ਨਹੀਂ ਹੁੰਦਾ ਸਰਕਾਰ ਤੋਂ ਬਿਨਾਂ ਨਹੀਂ ਕੁਛ ਵੀ ਹੁੰਦਾ ਹੁੰਦਾ। ਹੁਣ ਨੰਗੇ ਚਿੱਟੇ ਰੂਪ 'ਚ ਸਰਕਾਰ ਰਲੀ ਹੋਈ ਹੈ, ਕੇਸ ਵੀ ਉਹਨਾਂ 'ਤੇ ਦਰਜ ਹੁੰਦੇ ਨੇ, ਦੁਕਾਨਾਂ ਵੀ ਉਹਨਾਂ ਦੀਆਂ, ਘਰ ਵੀ ਉਹਨਾਂ ਦੇ ਢਾਏ ਜਾ ਰਹੇ ਨੇ। ਜੀ, ਆਪਾਂ ਇਹਨੂੰ ਇੱਥੇ ਦੇਖ ਰਹੇ ਹਾਂ, ਜਿਹੜੇ ਸਾਡੇ ਲੋਕ ਨੇ ਉਹ ਦੇਖ ਰਹੇ ਨੇ ਵੀ 20% ਕਮਿਊਨਿਟੀ ਹੈ, ਗਰੀਬ ਨੇ, ਐਵੇਂ ਕੋਈ ਪੈਂਚਰ ਲਾਉਣ ਵਾਲਾ, ਕੋਈ ਛੋਟੇ ਮੋਟੇ, ਉਹਨਾਂ ਨੂੰ ਬਾਬਰ ਬਣਾ ਕੇ, ਅਬਦਾਲੀ ਬਣਾ ਕੇ ਡਰਾਇਆ ਜਾ ਰਿਹਾ। ਪਰ ਦੁਨੀਆਂ ਭਰ ਦੇ ਵਿੱਚ ਜਿਹੜੇ ਮੁਸਲਮਾਨ ਬੈਠੇ ਨੇ, ਕੀ ਉਹ ਚੁੱਪ ਬੈਠੇ ਰਹਿਣਗੇ? ਪਹਿਲੀ ਗੱਲ ਤਾਂ ਸਾਡੇ ਜਿਹੜੇ ਨਾਗਰਿਕ ਉੱਥੇ ਵੱਸਦੇ ਨੇ ਉਹਨਾਂ ਬਿਲਕੁਲ ਮੁਸਲਮਾਨ ਕੰਟਰੀਜ਼ ਦੇ ਵਿੱਚ, ਉਹਨਾਂ ਦਾ ਫਿਊਚਰ ਕੀ ਹੋਊਗਾ? ਬਿਲਕੁਲ, ਮਤਲਬ ਮੈਂ ਸਮਝਦਾ ਬਹੁਤ ਗੈਰ ਜ਼ਿੰਮੇਵਾਰ ਕਿਸਮ ਦਾ ਸਿਲਸਿਲਾ ਚੱਲ ਰਿਹਾ ਇਸ ਟਾਈਮ, ਔਰ ਇਹਦੇ ਸਿੱਟੇ ਇੰਨੇ ਖਤਰਨਾਕ ਨਿਕਲਣਗੇ, ਜਿਹੜੇ ਬਹੁਤ ਖੁਸ਼ੀ ਖੁਸ਼ੀ ਇਹਦੇ ਜਿਹੜੇ ਬੈਨੀਫਿਸ਼ਰੀ ਨੇ ਉਹਨਾਂ ਨੂੰ ਵੀ ਅੰਦਾਜ਼ਾ ਨਹੀਂ ਹੈ, ਅੰਦਾਜ਼ਾ ਨਹੀਂ ਕਿ ਇਹਦੇ ਸਿੱਟੇ ਕੀ ਨਿਕਲਣਗੇ। ਪਰ ਆਮ ਤੌਰ 'ਤੇ ਹੁੰਦਾ ਕੀ ਹੈ ਕਿ ਭੁਗਤਦਾ ਆਮ ਬੰਦਾ ਹੈ, ਭੁਗਤਦਾ ਹਮੇਸ਼ਾ ਗਰੀਬ ਹੈ। ਮਤਲਬ ਮੈਂ ਦੰਗਿਆਂ ਦੀ, ਦਿੱਲੀ ਦੰਗਿਆਂ ਦੀ ਸਟੱਡੀ ਕਰ ਰਿਹਾ ਸੀ, ਸਭ ਤੋਂ ਜ਼ਿਆਦਾ ਤਰਲੋਕਪੁਰੀ ਵਗੈਰਾ ਦੇ ਵਿੱਚ ਜਿਹੜੇ ਸ਼ਿਗਲੀਗਰ ਗਰੀਬ ਸਿੱਖ ਰਹਿੰਦੇ ਸੀ, ਉਹ ਮਰੇ ਬਿਲਕੁਲ, ਪਰ ਉਹਨਾਂ ਦਾ ਕਿਸੇ ਨੇ ਬਾਂਹ ਵੀ ਨਹੀਂ ਫੜੀ, ਪੋਲੀਟਿਕਸ ਜਿੰਨੀ ਮਰਜ਼ੀ ਹੋਈ ਜਾਵੇ। ਇਸੇ ਤਰੀਕੇ ਨਾਲ ਗੁਜਰਾਤ 'ਚ ਜਿਹੜੇ ਮੁਸਲਮਾਨ ਮਰੇ, ਗਰੀਬ ਮੁਸਲਮਾਨ ਹੀ ਮਰੇ। ਸੋ ਇਹ ਜਿਹੜਾ ਜਿਹੜੇ ਗਰੀਬ ਲੋਕ ਨੇ, ਜਿਹੜੇ ਬੇਲਾਗ ਲੋਕ ਨੇ, ਇਹ ਉਹਨਾਂ ਦੇ ਉੱਪਰ ਹੀ ਆਉਣਾ ਅਲਟੀਮੇਟ ਜਿਹੜਾ ਵਜਨ ਹੈ ਅਖੀਰ ਦੇ ਵਿੱਚ। ਪਰ ਬੜਾ ਮੈਂ ਸਮਝਦਾ ਬੜਾ ਦੁਖਦਾਈ ਹੈ, ਬੜਾ ਖਤਰਨਾਕ ਹੈ, ਔਰ ਸਰਕਾਰਾਂ ਬਿਲਕੁਲ ਜਾਣ ਬੁੱਝ ਕੇ, ਪਹਿਲਾਂ ਤਾਂ ਚੁੱਪ ਸੀ, ਹੁਣ ਉਹ ਲਲਕਾਰੇ ਮਾਰ ਰਹੇ ਨੇ, ਜਿਵੇਂ ਨਾਗ ਫੁੰਕਾਰਿਆ ਮਾਰਦਾ ਹੁੰਦਾ ਨਾ ਵੀ ਜੋ ਕਰ ਲਓ ਮੇਰਾ, ਜੋ ਵੀ ਕੁਛ ਕਰਨਾ। ਸੋ ਇਹ ਨੇਚਰ ਦਾ ਲਾਅ ਹੈ। ਇੱਥੇ ਵੱਡੇ ਵੱਡੇ ਲੱਗ ਗਏ ਨੇ, ਚੰਗੇਜ਼ ਖਾਨ ਵਰਗੇ, ਔਰੰਗਜ਼ੇਬ ਵਰਗੇ, ਸਿੱਖਾਂ ਦਾ ਤਾਂ ਕੋਈ ਨਾਂ ਨਿਸ਼ਾਨ ਨਹੀਂ ਸੀ, ਔਰੰਗਜ਼ੇਬ ਜਿਹਨਾਂ ਨੇ ਖਤਮ ਕਰਿਆ, ਮਤਲਬ ਇਨਾਮ ਰੱਖੇ ਹੁੰਦੇ ਸੀ ਸਿਰਾਂ ਦੇ, ਜਿੰਨੇ ਸਿਰ ਲੈ ਆਓ ਉਹਨੇ ਪੈਸੇ ਲੈ ਜਾਓ, ਸਿੱਖਾਂ ਦੀ ਇਹ ਹਾਲਤ ਸੀ, ਕਿੰਨੀ ਪਾਪੂਲੇਸ਼ਨ ਹੋਊਗੀ? ਬਿਲਕੁਲ। ਸੋ ਜੇ ਉਹਨਾਂ ਨੇ ਉਹਨੂੰ ਹਰਾਇਆ, ਮਤਲਬ ਉਹਨਾਂ ਨੇ ਚੈਲੇਂਜ ਕਰਤਾ ਸੀ, ਸੋ ਇਹ ਚੈਲੇਂਜ ਤਾਂ ਕੁਦਰਤ ਦੇ ਵਿੱਚ ਹੀ ਪਿਆ ਹੁੰਦਾ। ਸੋ ਹੁਣ ਇਹਨਾਂ ਨੇ ਇੰਨਾ ਟਾਈਟ ਕਰਤਾ ਹੈ ਕਿ ਸਾਡਾ ਜਿਹੜਾ ਰਾਜ ਭਾਗ ਹੈ ਅੰਦਰੋਂ ਫਟਣ ਵਾਲੀ ਪੁਜੀਸ਼ਨ 'ਚ ਹੋਇਆ, ਨਫ਼ਰਤ ਇੰਨੀ ਜ਼ਿਆਦਾ ਹੋ ਗਈ ਹੈ ਕਿ ਅੰਦਰੋਂ ਹੀ ਬਲਾਸਟ ਹੋ ਸਕਦਾ ਹੈ। ਮਤਲਬ ਕੋਈ ਕੋਈ ਪਤਾ ਨਹੀਂ ਲੱਗਦਾ ਹੁੰਦਾ ਜਦੋਂ ਅਸੀਂ ਮਤਲਬ ਇਹ ਰਸਤੇ 'ਤੇ ਤੁਰ ਪਏ, ਜਦੋਂ ਤਬਾਹੀ ਦੇ ਰਸਤੇ 'ਤੇ ਹੀ ਤੁਰ ਪਏ ਤਾਂ ਤਬਾਹੀ ਬਾਹਰੋਂ ਆਉਣੀ ਹੈ ਕਿ ਅੰਦਰੋਂ ਆਉਣੀ ਹੈ, ਇਹ ਵੀ ਨਹੀਂ ਪਤਾ ਲੱਗਦਾ। ਸੋ ਮੇਰੇ ਖਿਆਲ 'ਚ ਬੈਲੈਂਸ ਸਰਕਾਰ ਨੇ ਲੂਜ਼ ਕਰ ਲਿਆ, ਨਾ ਪ੍ਰਾਈਮ ਮਿਨਿਸਟਰ ਨਾ ਚੀਫ ਮਿਨਿਸਟਰ ਪਹਿਲੀ ਗੱਲ ਤਾਂ ਮੂੰਹ ਨਹੀਂ ਖੋਲ੍ਹ ਰਹੇ, ਜੇ ਮੂੰਹ ਖੋਲ੍ਹਦੇ ਵੀ ਨੇ ਤਾਂ ਉਹਨਾਂ ਦੇ ਹੱਕ 'ਚ ਦੰਗਈਆਂ ਦੇ, ਕਿਤੇ ਉਹਨਾਂ ਦੇ ਹਾਰ ਪੈ ਰਹੇ ਨੇ, ਕਿਤੇ ਕੁਛ ਹੋ ਰਿਹਾ। ਅਤੇ ਆਪਣੇ ਦੇਖ ਲਓ, ਜਿਹੜੇ ਸੈਕਿੰਡ ਸਾਡੇ ਕੇਜਰੀਵਾਲ ਸਾਹਿਬ ਨੇ, ਉਹ ਪਟਿਆਲੇ ਦੇ ਵਿੱਚ ਤਾਂ ਆ ਕੇ ਸ਼ਾਂਤੀ ਮਾਰਚ ਕੱਢ ਰਹੇ ਨੇ, ਕੱਢ ਰਹੇ ਬਿਲਕੁਲ, ਇੱਥੇ ਕੁਛ ਵੀ ਨਹੀਂ ਸੀ ਹੋਇਆ ਜੀ। ਦਿੱਲੀ ਦੇ ਵਿੱਚ ਪਤਾ ਨਹੀਂ ਉਹ ਕਿਸ ਕਿਸਮ ਦਾ ਮਤਲਬ ਖਾਮੋਸ਼ੀ ਹੈ ਜਿਹੜੀ ਉਹ ਛਾ ਜਾਂਦੀ ਹੈ ਉਹਨਾਂ ਦੇ ਉੱਪਰ। ਉਹ ਕਾਰਨ ਸਿਰਫ ਇਹ ਹੈ ਕਿ ਸ਼ਾਇਦ ਇੱਦਾਂ ਚੁੱਪ ਰਹਿਣ ਨਾਲ ਜਾਂ ਹਮਾਇਤ ਕਰਨ ਨਾਲ ਇਕੱਠੀ ਹਿੰਦੂ ਵੋਟ ਸਾਨੂੰ ਪੈ ਜਾਊਗੀ, ਉਹ ਇੱਕ ਅੱਧੀ ਵਾਰੀ ਹੋ ਜਾਂਦਾ, ਹਮੇਸ਼ਾ ਨਹੀਂ ਹੁੰਦਾ, ਹਮੇਸ਼ਾ ਨਹੀਂ। ਪਰ ਹਿੰਦੂ ਕਮਿਊਨਿਟੀ ਹੈ ਜਿਹੜੀ, ਇਹਨੂੰ ਇਹ ਬਹੁਤ ਲਾਈਟਲੀ ਲੈ ਰਹੇ ਨੇ। ਹਿੰਦੂ ਕਮਿਊਨਿਟੀ ਦੀ ਜੇ ਤੁਸੀਂ ਹਿਸਟਰੀ ਪੜ੍ਹੋ, ਸਨਾਤਨ ਧਰਮ ਦੀ, ਕਦ ਤੋਂ ਮੇਰੇ ਖਿਆਲ ਸਦੀਆਂ ਤੋਂ ਉਹ ਮਤਲਬ ਜ਼ੁਲਮ ਕਰਦੇ ਵੀ ਸਹਿੰਦੇ ਵੀ ਆ ਰਹੇ ਨੇ, ਪਰ ਉਹਨਾਂ ਦੇ ਵਿੱਚ ਕਪੈਸਿਟੀ ਬਹੁਤ ਜ਼ਿਆਦਾ ਹੈ। ਹਿੰਦੂ ਕਮਿਊਨਿਟੀ ਨੂੰ ਤੁਸੀਂ ਦੰਗਈ ਕਮਿਊਨਿਟੀ 'ਚ ਨਹੀਂ ਕਨਵਰਟ ਕਰ ਸਕਦੇ। ਉਹਨਾਂ ਦੇ ਵਿੱਚ ਜਿਹੜੇ ਵੇਦ ਨੇ, ਸ਼ਾਸਤਰ ਨੇ, ਗਿਆਨ ਹੈ, ਰੂਹਾਨੀਅਤ ਹੈ, ਮਤਲਬ ਚੁੱਪ ਬੈਠੇ ਨੇ ਅਜੇ ਲੋਕ, ਐਸੀ ਗੱਲ ਨਹੀਂ ਹੈ। ਪਰ ਜਿਹੜਾ ਹੈਰੀਟੇਜ ਹੈ ਹਿੰਦੂਇਜ਼ਮ ਦਾ, ਉਹ ਵਾਇਲੈਂਸ ਦਾ ਜਾਂ ਹਿੰਸਾ ਦਾ ਜਾਂ ਨਫ਼ਰਤ ਦਾ ਹੈਰੀਟੇਜ ਨਹੀਂ ਹੈ ਜੀ। ਹੁਣ ਸਾਡੇ ਸਾਹਮਣੇ 2 ਵਰਸ਼ਨ ਨੇ ਹਿੰਦੂਇਜ਼ਮ ਦੇ, ਗਾਂਧੀ ਦਾ ਵੀ ਹਿੰਦੂਇਜ਼ਮ ਹੈ, ਗੋਡਸੇ ਦਾ ਵੀ ਹਿੰਦੂਇਜ਼ਮ ਹੈ।
ਐਕਚੁਅਲੀ ਹਿੰਦੂਇਜ਼ਮ ਹੈ ਜਿਹੜਾ ਉਹ ਗਾਂਧੀ ਦਾ ਹੈ। ਜੇ ਤੁਸੀਂ ਪੁਰਾਣੀ ਪਰੰਪਰਾ ਸਾਰੀ ਦੇਖੋ ਜੀ, ਸਿੱਖੀ ਦੇ ਵਿੱਚ ਵੀ ਜਿਹੜਾ ਉਹਦਾ ਟ੍ਰਾਂਸਫਰਮੇਸ਼ਨ ਹੋਈ, ਉਹ ਵੀ ਜੇ ਜੈਨਾਂ 'ਚ ਵੀ ਦੇਖੋ, ਬੋਧੀਆਂ 'ਚ ਵੀ ਦੇਖੋ, ਤਾਂ ਉਹ ਸ਼ਾਂਤੀ, ਪਿਆਰ, ਮੁਹੱਬਤ ਦਾ ਧਰਮ ਹੈ ਅਸਲ ਦੇ ਵਿੱਚ। ਇਸੇ ਕਰਕੇ ਉਹ ਕਿੰਨਾ ਕਿੰਨਾ ਵਿਸ਼ਾਲ ਹੈ, ਕਿੰਨਾ ਉਹ ਸਮਾਇਆ ਰਿਹਾ, ਕਿੰਨੇ ਹਮਲੇ ਹੋਏ ਤਾਂ ਵੀ ਕੁਛ ਨਹੀਂ ਹੋਇਆ। ਸੋ ਇਹ ਹਿੰਦੂ ਕਮਿਊਨਿਟੀ ਨੂੰ ਹੀ ਇਹ ਕਰਨਾ ਪੈਣਾ। ਜਿਵੇਂ ਜਦੋਂ ਸਿੱਖਾਂ 'ਚ ਹੋਇਆ ਤਾਂ ਸਿੱਖ ਕਮਿਊਨਿਟੀ ਨੂੰ ਉੱਠਣਾ ਪਿਆ, ਇਹ ਹੁਣ ਹਿੰਦੂ ਕਮਿਊਨਿਟੀ ਨੂੰ ਉੱਠਣਾ ਪੈਣਾ, ਆਪਣਾ ਘਰ ਤਾਂ ਆਪ ਹੀ ਸਾਫ਼ ਕਰਨਾ ਪੈਂਦਾ। ਬਿਲਕੁਲ, ਜੇ ਮਤਲਬ ਸਾਡੇ ਧਾਰਮਿਕ ਸਥਾਨ, ਸਾਡੀਆਂ ਸਾਡੀ ਪਾਵਰ, ਸਾਡਾ ਸਾਡੀਆਂ ਸੰਸਥਾਵਾਂ 'ਤੇ ਗੁੰਡੇ ਕਾਬਜ਼ ਹੋ ਜਾਣ ਤਾਂ ਬਾਹਰੋਂ ਥੋੜ੍ਹੋ ਕਿਸੇ ਨੇ ਆਉਣਾ ਹੁੰਦਾ। ਪਰ ਗੁੰਡਿਆਂ ਨੇ ਤਾਂ ਗੁੰਡਾਗਰਦੀ ਉਹ ਕਰਨੀ ਹੁੰਦੀ ਹੈ, ਇੱਕ ਲੇਖਾ ਹੁੰਦਾ ਵੀ ਅੱਜ ਦੂਜੇ ਨਾਲ ਕਰ ਰਹੇ, ਕੱਲ੍ਹ ਨੂੰ ਮੇਰੇ ਨਾਲ ਨਹੀਂ ਕਰੂਗਾ, ਇੱਦਾਂ ਨਹੀਂ ਹੁੰਦਾ ਕਦੇ ਵੀ। ਪਰ ਹੋ ਰਹੀ ਹੈ, ਹੁਣ ਸਫ਼ਰ ਕਰ ਰਹੇ ਨੇ ਲੋਕ ਥਾਂ ਥਾਂ ਦੇ ਉੱਪਰ, ਚੁੱਪ ਨੇ। ਜਿਹੜੀ ਚੁੱਪ ਮੈਜੋਰਿਟੀ ਹੈ ਉਹ ਮਤਲਬ ਅੰਦਰੋਂ ਅੰਦਰੀ ਤਾਂ ਬਹੁਤ ਦੁਖੀ ਨੇ। ਉਹ ਦੇਖਣ ਨੂੰ ਜਿਹੜੀ ਚੁੱਪ ਹੈ ਜਾਂ ਜਿਹੜੇ ਆਈ ਟੀ ਸੈੱਲ 'ਤੇ ਰੌਲਾ ਰੱਪਾ ਪਾ ਕੇ ਅਸੀਂ ਇਹ ਬਣਾ ਲੈਂਦੇ ਹਾਂ ਵੀ ਬਹੁਤ ਹਮਾਇਤੀ ਨੇ, ਤੁਸੀਂ ਦੇਖੋ ਨਾ ਜਿਹੜੇ ਜਿਹੜੇ ਭਾਸ਼ਣ ਕਰਦੇ ਨੇ ਬੰਦੇ, ਮੈਂ ਕਈ ਨੋਟ ਕਰੇ, ਕੁਛ ਛੋਟੇ ਛੋਟੇ ਬੱਚੇ ਲਲਕਾਰੇ ਜੇ ਮਾਰ ਰਹੇ ਨੇ, ਮਤਲਬ ਬਿਲਕੁਲ ਜਿਸ ਤਰ੍ਹਾਂ ਪਾਗਲਪਣ ਜਿਹੜਾ ਹੈ ਨਾ, ਉਹਦਾ ਦੌਰਾ ਪਿਆ ਹੋਵੇ ਕਿਸੇ ਬੰਦੇ ਨੂੰ, ਤਰਸ ਆਉਂਦਾ ਤੁਹਾਨੂੰ ਦੇਖ ਕੇ। ਬਿਲਕੁਲ, ਕਿੱਥੇ ਤਾਂ ਐਡੇ ਐਡੇ ਮਹਾਰਿਸ਼ੀ ਅਸ਼ਟਪਕਰ ਵਰਗੇ ਹੋਏ, ਕਿੱਥੇ ਤਾਂ ਗੀਤਾ ਵਰਗਾ ਪ੍ਰਵਚਨ ਹੋਇਆ, ਕਿੱਥੇ ਅਸੀਂ ਅੱਜ ਕੱਲ੍ਹ ਸੁਣ ਰਹੇ ਹਾਂ। ਮਤਲਬ ਹਿੰਦੂਇਜ਼ਮ ਦੀ ਤੁਸੀਂ ਗਿਰਾਵਟ ਦਾ ਲੈਵਲ ਤਾਂ ਦੇਖੋ ਨਾ ਕੀ ਹੋ ਗਿਆ। ਬਿਲਕੁਲ, ਕਿੱਥੇ ਤਾਂ ਸਦਾਮਾ ਵਗੈਰਾ ਭੁੱਖਾ ਮਰਦਾ ਆਉਂਦਾ, ਉਹਨੂੰ ਗੜ ਲਾਉਂਦਾ ਜਿਹੜਾ ਰਾਜਾ। ਮਤਲਬ ਅੱਜ ਹਾਲਤ ਦੇਖੋ ਕੀ ਹੋਈ ਹੋਈ ਹੈ, ਗਰੀਬ ਬੰਦਾ ਜਿਹੜਾ ਉਹ, ਜਿਵੇਂ ਮੁਸਲਮਾਨਾਂ ਦੇ ਵੀ ਕਹਿੰਦੇ ਨੇ ਵੀ ਸਾਡਾ ਰਾਜ ਰਿਹਾ, ਕਿਹੜੇ ਮੁਸਲਮਾਨਾਂ ਦਾ, ਖਿਲਜੀ ਲੋਧੀ ਕੀ ਸਮਝਦੇ ਸੀ ਇਹਨਾਂ ਨੂੰ, ਕੁੱਤੇ ਦੇ ਬਰਾਬਰ ਸਮਝਦੇ ਸੀ। ਉਵੇਂ ਹੀ ਹੁਣ ਜਿਹੜਾ ਆਮ ਬੰਦਾ ਉਹਦੀ ਦੁਰਦਸ਼ਾ ਦੇਖੋ ਕੀ ਹੈ। ਆਪਾਂ ਦੇਖਿਆ ਕੋਵਿਡ ਦੇ ਵਿੱਚ, ਬਿਲਕੁਲ 100-100 ਕਿਲੋਮੀਟਰ, ਕਿੰਨੇ ਸੈਂਕੜੇ ਕਿਲੋਮੀਟਰ ਕੋ ਕੁੜੀ ਇੱਕ ਆਪਣੇ ਪਿਓ ਨੂੰ ਲੈ ਕੇ ਗਈ, ਕੋਈ ਕੋਈ ਮਦਦ ਲਈ ਆਇਆ। ਬਿਲਕੁਲ, ਸੋ ਇਹ ਰਾਜ ਭਾਗ ਨੰਗਾ ਹੋ ਰਿਹਾ ਇਸ ਚੀਜ਼ 'ਚ, ਧਰਮ ਦੇ ਉੱਪਰ ਕਾਬਜ਼ ਜਿਹੜੀ ਲੀਡਰਸ਼ਿਪ ਹੈ ਉਹ ਵੀ ਨੰਗੀ ਹੋ ਰਹੀ ਹੈ। ਇਹਦਾ ਅੰਤ ਮਾੜਾ ਹੀ ਹੋਊਗਾ, ਪਰ ਅੰਤ ਦੂਰ ਨਹੀਂ ਹੈ। ਜਿੰਨਾ ਇਹਨਾਂ ਨੂੰ ਦੂਰ ਲੱਗਦਾ ਇੰਨਾ ਦੂਰ ਨਹੀਂ ਹੈ। ਮਤਲਬ ਜਿੰਨਾ ਤੁਸੀਂ ਥੱਲੇ ਉਬਾਲਾ ਦੇਈ ਜਾਓਗੇ, ਉਹ ਫਿਰ ਮਲਾਈ ਨਹੀਂ ਉਹਨੂੰ ਰੋਕ ਸਕਦੇ ਹੁੰਦੇ। ਪੱਟੀ ਸਾਹਿਬ, ਜੇਕਰ ਉਹਨਾਂ ਨੂੰ ਲੱਗਦਾ ਕਿ ਸਾਡਾ ਅੰਤ ਵੀ ਨਹੀਂ, ਉਹ ਕਰਨਾ ਚਾਹੁੰਦੇ, ਸਾਡਾ ਅੰਤ ਨੇੜੇ ਹੀ ਹੈ, ਖਾਤਮੇ ਵੱਲ ਨਹੀਂ ਜਾਣਾ ਚਾਹੁੰਦੇ, ਤਾਂ ਉਸ ਤੋਂ ਪਹਿਲਾਂ ਫਿਰ ਉਹ ਵੱਡੇ ਉਪਰਾਲੇ ਕਰ ਰਹੇ ਨਾ, ਉਹ ਉਪਰਾਲੇ ਹੋਰ ਵੀ ਖਤਰਨਾਕ ਹੋ ਸਕਦੇ ਆ ਲੋਕਾਂ ਲਈ। ਵੀ ਤਾਂ ਇੱਦਾਂ ਹੀ ਹੁੰਦਾ, ਇਹ ਹਮੇਸ਼ਾ ਹੀ ਕਾਊਂਟਰ ਪ੍ਰੋਡਕਟਿਵ ਹੁੰਦਾ ਇਹ। ਪਰ ਕਦੇ ਕਿਸੇ ਨੂੰ ਲੱਗਿਆ? ਰਾਵਣ ਨੂੰ ਕਿਹੜਾ ਲੱਗਦਾ ਸੀ ਮੇਰਾ ਅੰਤ ਨੇੜੇ ਹੈ? ਅੰਗਰੇਜ਼ਾਂ ਨੂੰ ਕਿਹੜਾ ਲੱਗਦਾ ਸੀ? ਤੁਸੀਂ ਮਾਈਥੋਲੋਜੀ ਛੱਡੋ, ਅੰਗਰੇਜ਼ ਤਾਂ ਸਮਝਦੇ ਸੀ ਅਸੀਂ ਹਮੇਸ਼ਾ ਹੀ ਰਾਜ ਕਰਨਾ ਇੱਥੇ। ਤੁਸੀਂ ਦੇਖੋ ਤਾਂ ਸਹੀ, ਉਹਨਾਂ ਨੇ ਜਿਹੜੀਆਂ ਬਿਲਡਿੰਗਾਂ ਬਣਾਈਆਂ, ਜੋ ਕਾਨੂੰਨ ਬਣਾਏ ਉਹਨਾਂ ਨੇ, ਬਿਲਕੁਲ, ਮਤਲਬ ਉਹ ਤਾਂ ਸਮਝਦੇ ਸੀ ਸਾਰੀ ਦੁਨੀਆਂ 'ਤੇ ਸਾਡਾ ਹੀ ਰਾਜ ਰਹਿਣਾ ਹਮੇਸ਼ਾ। ਪਰ ਪਤਾ ਹੀ ਨਹੀਂ ਲੱਗਿਆ, ਜਦ ਭੱਜਣਾ ਪਿਆ ਤਾਂ ਤਰੀਕਾਂ ਉਰੇ ਖਸਕਾ ਕੇ ਨੇੜੇ ਕਰਨੀਆਂ ਪਈਆਂ। ਮਤਲਬ ਜਿਹੜੀਆਂ ਪਾਰਟੀਸ਼ਨ ਦੀਆਂ ਵੀ, ਭੱਜਣ ਦੀਆਂ ਵੀ, ਮਤਲਬ ਉਹ ਤਿੱਤਰ ਹੋਏ ਤਾਂ ਉਹ ਤਾਂ ਜਦੋਂ ਕੁਦਰਤ ਕਰਦੀ ਹੈ ਨਾ, ਐਡੇ ਐਡੇ ਦਰਖਤ, ਐਡੇ ਐਡੇ ਜਦੋਂ ਨੇਰੀਆਂ ਆਉਂਦੀਆਂ ਨੇ ਤਾਂ ਕਿਸੇ ਪਾਸੇ ਜਾਂਦਾ ਪਤਾ ਨਹੀਂ ਫਿਰ ਲੱਗਦਾ। ਸੋ ਇਹ ਛੇੜਛਾੜ ਗਲਤ ਹੋ ਰਹੀ ਹੈ, ਗਲਤ ਹੋ ਰਹੀ ਹੈ, ਮੁਕਤਾ ਦਾ ਘਾਣ ਕਰਨ ਦੀਆਂ ਇਹ ਸਕੀਮਾਂ ਨੇ। ਪਰ ਇਹ ਹੈ ਵੀ ਹੁਣ ਸਮਝਾਵੇ ਕੌਣ? ਪਰ ਭੱਟੀ ਸਾਹਿਬ, ਇਹਦੇ 'ਚ ਐਂ ਵੀ ਹੈ ਕਿ ਧਾਰਮਿਕ ਭਾਵਨਾਵਾਂ ਦੇ ਨਾਲ ਨਾਲ, ਧਾਰਮਿਕ ਮਸਲਿਆਂ ਦੇ ਨਾਲ ਨਾਲ ਜੋ ਰਾਜਾਂ ਦੇ ਡਿਸਪਿਊਟ ਖੜ੍ਹੇ ਕੀਤੇ ਜਾ ਰਹੇ ਹੈ, ਭਾਵੇਂ ਚੰਡੀਗੜ੍ਹ ਦੇ ਨਾ ਪਿਛਲੇ ਆਪਾਂ ਨੇ ਪ੍ਰੋਗਰਾਮਾਂ 'ਚ ਗੱਲਬਾਤ ਕੀਤੀ ਸੀ, ਹੁਣ SYL ਦਾ ਮੁੱਦਾ ਫਿਰ ਤੋਂ ਖੜ੍ਹਾ ਕੀਤਾ ਜਾ ਰਿਹਾ। ਹਾਲਾਂਕਿ ਆਮ ਆਦਮੀ ਪਾਰਟੀ ਦੇ ਕਲਾਸ ਰੂਮ ਮੈਂਬਰ ਨੇ, ਉਹਨਾਂ ਨੇ ਕਿਹਾ ਕਿ SYL ਦਾ ਪਾਣੀ ਪਹੁੰਚਾਵਾਂਗੇ। ਉਸ ਤੋਂ ਬਾਅਦ ਜੋ ਹੁਣ ਸਟੇਟਾਂ ਦੀ ਸਿਚੁਏਸ਼ਨ ਬਣੀ ਹੋਈ ਹੈ, ਹਾਲਾਂਕਿ ਇਕੱਲਾ ਆਹ ਸੈਂਟਰ ਦੇ ਉਪਰਾਲੇ ਪੰਜਾਬ ਹਰਿਆਣਾ ਨੂੰ ਲੈ ਕੇ ਨਹੀਂ, ਮਹਾਰਾਸ਼ਟਰ 'ਚ ਹੋਰ ਤਮਾਮ ਥਾਵਾਂ 'ਤੇ ਸਭ ਕੁਛ ਚੱਲ ਪਿਆ, ਤਾਂ ਜੋ ਸਟੇਟਾਂ ਦਾ ਡਿਸਪਿਊਟ ਹੈ, ਖਾਸ ਕਰਕੇ ਆਪਣੀ ਗੱਲ ਪੰਜਾਬ ਅਤੇ ਹਰਿਆਣਾ ਦੇ ਸੰਬੰਧ 'ਚ ਅਤੇ ਪੰਜਾਬ ਦੇ ਹਰਿਆਣਾ ਦੇ ਪਾਣੀ, ਇਹ ਫਿਰ ਮਸਲਾ ਕਿੱਥੇ ਜਾ ਕੇ ਰੁਕੂਗਾ? ਇਹ ਵੀ ਇੱਕ ਪਾਰਟ ਹੀ ਗਿਣ ਸਕਦੇ ਹਾਂ ਨਾ ਆਪਾਂ ਉਸ ਸਾਰੇ ਕਾਸੇ ਦਾ। ਇਹ ਪੰਗੂ ਸਾਹਿਬ, ਜਿਹੜੀ ਸਿਆਸਤ ਹੈ ਨਾ ਸਾਡੀ, ਜਾਂ ਸਿਆਸੀ ਕਹਿ ਲਓ ਲੀਡਰਸ਼ਿਪ ਹੈ ਜੀ, ਇਹ ਉਹਦੀ ਬੇਈਮਾਨੀ ਅਤੇ ਬਦਮਾਸ਼ੀ ਹੈ। ਤੁਸੀਂ ਦੇਖੋ ਪਾਣੀ ਦੇ ਮਸਲੇ ਦੇ ਉੱਪਰ ਚੁਟਾਲਾ ਪਰਿਵਾਰ ਅਤੇ ਸਾਡੇ ਬਾਦਲ ਪਰਿਵਾਰ ਜੀ, ਲਗਭਗ 50 ਸਾਲ ਤੋਂ ਅਸੀਂ ਸਿਆਸਤ ਦੇਖ ਰਹੇ ਹਾਂ, ਉਹੀ ਪੰਜਾਬੀ ਬੋਲਦੇ ਇਲਾਕੇ ਜੀ, ਉਹੀ ਚੰਡੀਗੜ੍ਹ ਅਤੇ ਉਹੀ ਪਾਣੀ, ਇਹਦੇ ਉੱਪਰ ਸਿਆਸਤ ਕਰਦੇ ਨੇ। ਵੈਸੇ ਇਕੱਠੇ ਹੀ ਸੀ, ਸਾਂਝ ਤਾਂ ਭਰਾਵਾਂ ਵਰਗੀ ਸੀ ਆਪਸ ਦੇ ਵਿੱਚ, ਇਕੱਠੇ ਸੀ, ਲੋਕਾਂ ਨੂੰ ਲੜਾਇਆ ਜਾਂਦਾ ਸੀ। ਹੁਣ ਵੀ ਕੀ ਹੋ ਰਿਹਾ? ਹੁਣ ਜਦ ਤੋਂ ਕਿਸਾਨ ਇਕੱਠੇ ਹੋ ਗਏ ਤਾਂ ਇਹ ਤਾਂ ਬਹੁਤ ਖਤਰਨਾਕ ਗੱਲ ਹੈ ਕਿ ਹਰਿਆਣੇ ਅਤੇ ਪੰਜਾਬ ਦਾ ਕਿਸਾਨ ਇਕੱਠਾ ਹੋ ਜਾਵੇ। ਸੋ ਇਹ ਸਟੇਟ ਨੂੰ ਇਹ ਸੂਟ ਨਹੀਂ ਕਰਦਾ, ਉਹ ਚਾਹੇ BJP ਕਹੇ, ਚਾਹੇ ਤੁਸੀਂ ਆਮ ਆਦਮੀ ਪਾਰਟੀ ਕਹੇ,
ਉਹਨਾਂ ਨੂੰ ਇਹ ਨਹੀਂ ਸੂਟ ਕਰਦਾ ਵੀ ਹਰਿਆਣੇ ਅਤੇ ਪੰਜਾਬ ਦੇ ਲੋਕ ਆਪਸ ਦੇ ਵਿੱਚ ਜਿਹੜਾ ਉਹਨਾਂ ਦਾ ਭਾਈਚਾਰਾ ਉਹ ਇਕੱਠੇ ਹੋ ਜਾਣ ਅਤੇ ਉਹ ਸਿਆਸਤਦਾਨਾਂ ਨੂੰ ਪਾਸੇ ਕਰ ਦੇਣ। ਅਸਲ ਦੇ ਵਿੱਚ ਗੱਲ ਇਹ ਹੈ, ਪਾਣੀ ਦਾ ਮਸਲਾ ਨਹੀਂ ਹੈ। ਪਾਣੀ ਦਾ ਮਸਲਾ ਅੰਗਰੇਜ਼ਾਂ ਦੇ ਟਾਈਮ ਨਹੀਂ ਹੋਇਆ। ਪੰਜਾਬੀ ਪਾਣੀ ਦਾ ਤਾਂ ਇੱਕ ਸਿੰਪਲ ਰਿਪੇਰੀਅਨ ਲਾਅ ਹੈ, ਬਿਲਕੁਲ ਇੰਟਰਨੈਸ਼ਨਲ ਲਾਅ ਹੈ ਉਹ ਜੀ। ਪਰ ਹਰਿਆਣੇ ਨੂੰ ਵੀ ਕੋਈ ਵਿੱਚ ਮਸਲਾ ਨਹੀਂ ਸੀ, ਰੋਇਲਟੀ ਵੀ ਕੋਈ ਜ਼ਿਆਦਾ ਨਹੀਂ ਹੈ, ਜ਼ਿਆਦਾ ਨਹੀਂ। ਈਵਨ ਦਿੱਲੀ ਵਾਲੇ ਹਿਮਾਚਲ ਨੂੰ, ਮੈਂ ਕਿਤੇ ਪੜ੍ਹ ਰਿਹਾ ਸੀ, ਉਹ ਹਿਮਾਚਲ ਨੂੰ ਹੁਣ ਰੋਇਲਟੀ ਦਿੰਦੇ ਨੇ, ਪੰਜਾਬ ਨੂੰ ਨਹੀਂ ਦੇਣੀ ਚਾਹੁੰਦੇ। ਪੰਜਾਬ ਨੂੰ ਦੇਣੀ ਚਾਹੁੰਦੇ, ਬਿਲਕੁਲ। ਵੇਖੋ ਨਾ ਤੁਸੀਂ, ਉਹ ਕਿਉਂ ਨਹੀਂ ਦੇਣੀ ਚਾਹੁੰਦੇ? ਇਹ ਨਹੀਂ ਕਿ ਪੰਜਾਬੀਆਂ ਨਾਲ ਕੋਈ ਵਹਿਰ ਹੈ ਜੀ, ਇਸ ਕਰਕੇ ਕਿ ਉਹਦੇ ਬੇਸ 'ਤੇ ਫੁੱਟ ਪੈ ਸਕਦੀ। ਯਾਰ ਫਟੇ ਹੋਏ ਲੋਕਾਂ 'ਤੇ ਰਾਜ ਕਰਨਾ ਸੌਖਾ ਹੈ, ਹੋਰ ਨਹੀਂ ਮਸਲਾ ਕੋਈ। ਸਾਡੀ ਪੰਜਾਬੀ ਲੀਡਰਸ਼ਿਪ, ਜਿਹੜੇ ਸਿੱਖ ਲੀਡਰਸ਼ਿਪ ਨੇ ਵੀ ਤਾਂ ਇਹੀ ਕੁਛ ਕਰਿਆ, ਲੀਡਰ ਤਾਂ ਇਕੱਠੇ ਹੋ ਜਾਂਦੇ ਨੇ ਉਸ ਗੱਲ ਦੇ ਉੱਪਰ। ਮਸਲਾ ਸਾਡੇ ਲੋਕਾਂ ਲਈ ਹੁੰਦਾ ਕਿ ਤੁਸੀਂ ਲੜੋ, ਕਪੂਰੀ ਜਾਓ, ਕਦੇ ਮਿੱਟੀ ਪਾ ਦਿਓ ਨਹਿਰ ਚੋਂ, ਕਦੇ ਕੱਢ ਲਓ। ਉਹਦਾ ਤੁਸੀਂ ਸਮਝੋ ਨਾ, ਉਹਦਾ ਕੀ, ਉਹਦੇ ਪਿੱਛੇ ਕੀ, ਉਹਦੇ ਪਿੱਛੇ ਉਹਦੀ ਕੁਰਸੀ ਖੜੀ ਹੈ, ਕੁਰਸੀ ਖੜੀ ਖੜੀ ਫੁੱਟ ਦੇ ਉੱਪਰ ਹੈ ਕੁਰਸੀ। ਜਿਸ ਦਿਨ ਲੋਕ ਸਮਝ ਜਾਣਗੇ, ਇਕੱਠੇ ਹੋ ਜਾਣਗੇ, ਤਾਂ ਉਹ ਕੁਰਸੀ ਤੋਂ ਲਾਹ ਕੇ ਪਾਸੇ ਮਾਰਨਗੇ ਉਹਨਾਂ ਨੂੰ। ਪਾਣੀ ਦਾ ਵੈਸੇ ਮਤਲਬ ਹੈਰਾਨੀ ਦੀ ਗੱਲ ਹੈ ਕਿ ਹਰ ਸਾਲ ਬਰਸਾਤ ਦੇ ਵਿੱਚ ਇੰਨਾ ਪਾਣੀ ਗਿਰਦਾ ਹੈ, ਜੇ ਅਸੀਂ ਰੇਨ ਵਾਟਰ ਹਾਰਵੈਸਟਿੰਗ ਕਰੀਏ, ਸਾਡਾ ਤਾਂ ਮਸਲਾ ਹੀ ਕੋਈ ਨਹੀਂ ਪਾਣੀ ਦਾ, ਮਸਲਾ ਹੀ ਕੋਈ ਨਹੀਂ, ਬਿਲਕੁਲ। ਹਰ ਸਾਲ ਹੜ੍ਹ ਆਉਂਦੇ ਨੇ, ਹੜ੍ਹ ਮੀਂਹ ਪੈਣ ਨਾਲ, ਪਾਣੀ ਪਿੱਛੇ ਅਸੀਂ ਇੱਕ ਦੂਜੇ ਨਾਲ ਸਿਰ ਲਾਉਣ ਨੂੰ ਫਿਰਦੇ ਹਾਂ। ਹਾਂ ਬਿਲਕੁਲ, ਮਤਲਬ ਕੋਈ ਸਾਡੇ 'ਤੇ ਕੋਈ ਹੋਰ ਦੂਜੇ ਗ੍ਰਹਿ 'ਤੇ ਲੋਕ ਬੈਠੇ ਦੇਖਦੇ ਹੋਣਗੇ ਤਾਂ ਸਾਡੇ 'ਤੇ ਹੱਸਣਗੇ ਉਹ। ਹਾਂ ਜੀ, ਵੀ ਕਿਸ ਤਰ੍ਹਾਂ ਦੇ ਪਾਗਲ ਜਾਨਵਰ ਨੇ, ਵੀ ਜਿਹੜਾ ਕੁਛ ਇਹਨਾਂ ਕੋਲ ਬਹੁਤਾਤ 'ਚ ਉਹਦੇ ਪਿੱਛੇ ਲੜ ਰਹੇ ਨੇ। ਹਾਂ ਜੀ, ਸੋ ਇਹ ਪਾਣੀ ਦੀ ਪ੍ਰੋਬਲਮ ਨਹੀਂ ਹੈ, ਪ੍ਰੋਬਲਮ ਲੋਕਾਂ ਨੂੰ ਐਸੇ ਮੁੱਦਿਆਂ ਦੇ ਉੱਪਰ ਇੱਕ ਦੂਜੇ ਦੇ ਖਿਲਾਫ ਖੜੇ ਕਰਨ ਦੀ ਹੈ। ਚਾਹੇ ਉਹ ਚੰਡੀਗੜ੍ਹ ਦਾ ਮਸਲਾ ਹੋਵੇ, ਚਾਹੇ ਭਾਸ਼ਾ ਦਾ ਹੋਵੇ, ਚਾਹੇ ਪਾਣੀ ਦਾ ਹੋਵੇ, ਕੱਲ੍ਹ ਨੂੰ ਕੋਈ ਹੋਰ ਖੜਾ ਹੋ ਜੂਗਾ। ਆਪਾਂ ਦੇਖੀਏ, ਹਿਜਾਬ ਦਾ ਖੜਾ ਹੋ ਜਾਊ, ਪੱਗ ਬੰਨਣ ਦਾ ਹੋ ਜਾਊ, ਪੱਗ ਕਿਸ ਤਰ੍ਹਾਂ ਦੀ ਬੰਨੀ ਜਾਵੇ ਇਹਦੇ 'ਤੇ ਹੋ ਜਾਊਗਾ, ਮਤਲਬ ਖਾਧਾ ਕੀ ਜਾਵੇ, ਪੀਤਾ ਕੀ ਜਾਵੇ, ਇਹਦੇ 'ਤੇ ਹੋ ਜਾਊਗਾ। ਹਾਲਾਂਕਿ ਚੱਲੇ ਰਿਹਾ, ਹਾਂ ਵੀ ਸੂਟ ਕਰਦਾ ਨਾ, ਸੂਟ ਕਰਦਾ, ਬਿਲਕੁਲ। ਇੱਕ ਬੰਦੇ ਨੂੰ ਦੂਜੇ ਦੇ ਖਿਲਾਫ, ਇਹ ਇਹ ਬਾਂਦਰ ਨੂੰ ਹਮੇਸ਼ਾ ਹੀ ਬਿੱਲੀਆਂ ਦੀ ਲੜਾਈ ਸੂਟ ਕਰਦੇ ਨੇ, ਆਹ ਲੜਾਈ ਲੋਕ ਐਕਸੈਪਟ ਵੀ ਕਰਦੇ ਨੇ ਆਪਣੀ ਬਣਾ ਕੇ। ਉਹ ਤਾਂ ਸਾਡੀ ਅਨਕੌਂਸ਼ੀਅਸਨੈਸ, ਸਾਡੀ ਮੂਰਖਤਾ ਹੈ ਨਾ, ਅਸੀਂ ਇਹ ਸਮਝਣ ਲੱਗ ਜਾਂਦੇ ਹਾਂ ਕਿ ਇਹ ਜਿਹੜਾ ਬੰਦਾ ਜਿਹੜੀ ਗੱਲ ਕਹਿ ਰਿਹਾ ਉਹ ਤਾਂ ਆਪਣੀ ਕੁਰਸੀ ਲਈ ਕਰ ਰਿਹਾ, ਹੁੰਦਾ ਸੀ ਕਹਿੰਦੇ ਸਾਡੇ ਲਈ ਕਰ ਰਿਹਾ। ਇੱਦਾਂ ਕਦੇ ਵੀ ਨਹੀਂ ਹੋਇਆ, ਬਿਲਕੁਲ। ਜਿਹੜੇ ਮਹਿਮੂਦ ਗਜਨਵੀ ਹੋਣੀ ਉੱਥੋਂ ਚੱਲ ਕੇ ਰਾਜ ਕਰਨ ਉੱਥੇ ਆਉਂਦੇ ਸੀ ਇਸਲਾਮ ਦੇ ਨਾਂ ਹੇਠ, ਫਿਰ ਤਾਂ ਮੁਸਲਮਾਨ ਰਾਜਿਆਂ ਦੀ ਤਾਂ ਲੜਾਈ ਉਹ ਨਾ ਹੁੰਦੀ ਕਦੇ ਆਪਸ ਵਿੱਚ। ਸਾਡੀ ਤਾਂ 500 ਸਾਲ ਦੀ ਹਿਸਟਰੀ ਇਸ ਗੱਲ ਨਾਲ ਭਰੀ ਹੋਈ ਹੈ। ਦੇਖੋ ਨਾ, ਉੱਧਰੋਂ ਇਬਰਾਹਿਮ ਲੋਧੀ ਸੀ, ਉੱਧਰੋਂ ਬਾਬਰ ਸੀ, ਬਿਲਕੁਲ। ਉਹ ਤਾਂ ਦੋਨੇ ਹੀ ਮੁਸਲਮਾਨ ਸੀ, ਮੁਸਲਮਾਨ ਸੀ। ਫਿਰ ਤਾਂ ਲੜਾਈਆਂ ਦਾ ਮਸਲਾ ਕੋਈ ਨਹੀਂ ਸੀ ਹੋਣਾ, ਜੇ ਧਰਮ ਹੀ ਮਸਲਾ ਹੁੰਦਾ ਸਿਰਫ। ਇਹ ਮਸਲਾ ਇਹ ਨਹੀਂ ਹੈ ਨਾ, ਸਾਧਨਾਂ ਦੇ ਉੱਪਰ ਕਬਜ਼ੇ ਦੀ ਲੜਾਈ ਹੈ, ਕਬਜ਼ੇ ਦੀ ਲੜਾਈ। ਉਹਦੀ ਖਾਤਰ ਨਾਰਾ ਕਿਹੜਾ ਵਰਤਿਆ ਜਾਂਦਾ, ਆਈਡੀਆਲੋਜੀ ਦਾ ਵਰਤਿਆ ਜਾਂਦਾ, ਸਮਾਜਵਾਦ ਦਾ ਵਰਤਿਆ ਜਾਂਦਾ, ਕੌਮਨਿਜ਼ਮ ਦਾ ਵਰਤਿਆ ਜਾਂਦਾ, ਹਿੰਦੂਇਜ਼ਮ ਦਾ ਵਰਤਿਆ ਜਾਂਦਾ, ਸਿੱਖਇਜ਼ਮ ਦਾ, ਉਹ ਤਾਂ ਸੈਕੰਡਰੀ ਚੀਜ਼ ਹੈ। ਮਾਲ ਤਾਂ ਉਹੀ ਵੇਚਣਾ, ਡੱਗੀ ਕਿਵੇਂ ਲਾਈ ਜਾਂਦੀ ਹੈ, ਆਵਾਜ਼ ਕੀ ਦਿੱਤੀ ਜਾਂਦੀ ਹੈ, ਉਹ ਡਿਫਰੈਂਟ ਹੋ ਸਕਦੀ ਹੈ। ਸੋ ਸਾਡੇ ਸਾਹਮਣੇ ਉਹ ਤਾਂ ਤੁਸੀਂ ਸਾਰੀ ਮਨੁੱਖਤਾ ਦੀ ਹਿਸਟਰੀ ਦੇਖ ਲਓ ਜੀ। ਪੁਰਤਗੀਜ਼ ਚੱਲ ਕੇ ਆਏ, ਅੰਗਰੇਜ਼ ਚੱਲ ਕੇ ਆਏ, ਉਹ ਕਹਿੰਦੇ ਸੀ, ਕਹਿੰਦੇ ਅਸੀਂ ਸਿਵਲਾਈਜ਼ ਕਰਨ ਆਏ ਹਾਂ। ਅੰਗਰੇਜ਼ ਇਹ ਕਹਿੰਦੇ ਸੀ ਵੀ ਇਹਨਾਂ ਨੂੰ ਅਕਲ ਨਹੀਂ ਹੈ, ਅਸੀਂ ਤਾਂ ਇਹਨਾਂ ਨੂੰ ਤਮੀਜ਼ ਸਿਖਾਉਣਾ ਹੈ। ਸਾਡੇ ਵੀ ਆ ਹਿੰਦੂ ਭਰਾ ਹੁਣੇ ਕਹਿ ਰਹੇ ਨੇ ਵੀ ਮੁਸਲਮਾਨਾਂ ਨੂੰ ਤਮੀਜ਼ ਨਹੀਂ ਹੈ, ਅਸੀਂ ਇਹਨਾਂ ਨੂੰ ਤਮੀਜ਼ ਸਿਖਾ ਰਹੇ ਹਾਂ। ਇਹ ਐਵੇਂ ਡਰਦੇ, ਇਹ ਜਦੋਂ ਰਾਜੇ ਉੱਧਰੋਂ ਆਏ ਸੀ ਮੁਗਲ, ਡਰਦੇ ਇਹ ਮੁਸਲਮਾਨ ਬਣ ਗਏ ਸੀ, ਇਸ ਕਰਕੇ ਅਸੀਂ ਇਹਨਾਂ ਨੂੰ ਹੁਣ ਠੀਕ ਕਰਨ ਲੱਗੇ ਹੋਏ ਹਾਂ। ਹਾਂ ਜੀ, ਪਹਿਲਾਂ ਉਹ ਠੀਕ ਕਰਨ ਆਏ ਸੀ ਸਾਨੂੰ। ਸੋ ਇਹ ਇਹ ਜਿਹੜਾ ਪੋਲੀਟੀਕਲ ਜਾਂ ਰਾਜਿਆਂ ਦੇ ਜਿਹੜੇ ਮਸਲੇ ਨੇ, ਜਦੋਂ ਆਮ ਲੋਕਾਂ ਨੂੰ ਇਹਦੇ ਲਈ ਅਵੇਅਰ ਹੋਣਾ ਚਾਹੀਦਾ ਕਿ ਭਾਈ ਤੁਹਾਨੂੰ ਕੁਰਸੀ ਨਹੀਂ ਮਿਲਣੀ ਜੀ, ਤੁਸੀਂ ਜਿਹਦੇ ਨਾਲ ਮਰਜ਼ੀ ਹੋ ਜਾਓ, ਤੁਸੀਂ ਆਪਣੇ ਭਾਈਚਾਰੇ 'ਚ ਰਹੋਗੇ ਤਾਂ ਸੌਖੇ ਰਹੋਗੇ, ਸੌਖੇ ਰਹੋਗੇ, ਬਿਲਕੁਲ। ਇੱਕ ਦੂਜੇ ਨਾਲ ਜਿਹੜੀ ਸਾਂਝ ਹੈ, ਇੱਕ ਦੂਜੇ ਨਾਲ ਦੁੱਖ ਦੀ, ਸੁੱਖ ਦੀ, ਰੋਟੀ ਦੀ, ਬੇਟੀ ਦੀ, ਉਹ ਸਾਂਝ ਤੁਹਾਡੀ ਜ਼ਿਆਦਾ ਤਕੜੀ ਹੈ, ਜ਼ਿਆਦਾ ਤਕੜੀ ਹੈ। ਜਦੋਂ ਲੜੋਗੇ ਤਾਂ ਉੱਪਰ ਕੋਈ ਹੋਰ ਪੜੂਗਾ, ਹੋਰ ਪੜੂਗਾ ਜੀ, ਬਿਲਕੁਲ। ਦੋ ਬਿੱਲੀਆਂ ਲੜਨਗੀਆਂ ਤਾਂ ਬਾਂਦਰ ਵਿੱਚੋਂ ਰੋਟੀ ਖਾਊਗਾ, ਬਿਲਕੁਲ। ਪਰ ਲੋਕ ਸਮਝਦੇ ਨਹੀਂ ਹੈਗੇ, ਲੋਕ ਫਿਰ ਉਹ ਗੱਲ ਸਮਝਦਾਰ ਹੋ ਰਹੇ ਨੇ, ਲੋਕ ਇੱਦਾਂ ਹੀ ਸਮਝ ਵੀ ਇੱਦਾਂ ਹੀ ਆਉਂਦੀ ਹੈ, ਇੱਦਾਂ ਹੀ ਸਮਝ, ਠੋਕਰਾਂ ਖਾ ਕੇ ਹੀ ਆਉਂਦੀ ਹੈ। ਪੱਟੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਜੀ। ਦੋਸਤੋ, ਸਾਡੇ ਨਾਲ ਲੋਕਰਾਂ 'ਤੇ ਜੁੜੇ ਹੋਏ ਸੀ ਪ੍ਰੋਫੈਸਰ ਰਵਿੰਦਰ ਸਿੰਘ ਭੱਟੀ। ਭੱਟੀ ਸਾਹਿਬ ਨਾਲ ਅਸੀਂ ਦੇਸ਼ ਦੇ ਹਾਲਾਤਾਂ 'ਤੇ ਗੱਲਬਾਤ ਕੀਤੀ। ਸੋ ਦੇਸ਼ ਤਣਾਅਪੂਰਨ ਸਥਿਤੀ ਦੇ ਵਿੱਚ ਹੈ, ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੁਰਸੀ ਦੇ ਲਈ ਨਵੇਂ ਮਸਲੇ ਖੜ੍ਹੇ ਕੀਤੇ ਜਾਣ। ਭੱਟੀ ਸਾਹਿਬ ਨੇ ਬਹੁਤ ਸੋਹਣਾ ਬਿਆਨ ਕੀਤਾ, ਤੁਸੀਂ ਸੁਣੋ ਅਤੇ ਸਮਝੋ ਕਿ ਆਹ ਮਸਲੇ ਆਖਿਰ ਪੈਦਾ ਕਿਉਂ ਕੀਤੇ ਜਾਂਦੇ ਨੇ। ਅਗਲੇ ਵਾਰ ਅਸੀਂ ਭੱਟੀ ਸਾਹਿਬ ਨਾਲ ਨਵੇਂ ਟੌਪਿਕ 'ਤੇ ਹਾਜ਼ਰ ਹੋਵਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕਰਾਣਾ ਚੈਨਲ ਪੰਜਾਬੀ 'ਤੇ। ਧੰਨਵਾਦ।